साबका आईएएस अफसर दर्शन सिंह मुल्तानी दे बेटे बलवंत सिंह मुल्तानी नूं टॉर्चर करने अते बाद विच लापता होने दे मामले विच पंजाब पुलिस दे साबका डीजीपी सुमेर सिंह सैनी दियां जिहड़ियां मुश्किलां ओह लगातार वधदियां जा रहियां। चंडीगढ़ पुलिस दे तीन साबका अधिकारियों ने सुमेर सिंह सैनी दे खिलाफ 164 सीआरपीसी की धारा 164 के तहत अदालत विच अपने बयान जड़े आ कलमबद्ध करा दिते ने और उन्होंने पुलिस की अप्रूवल बनन का फैसला किया, जिस करके सुमेर सिंह सैनी का जड़ा मतलब कि सुमेर सिंह सैनी दी जड़ियां मुश्किल हैं वो बढ़ रही हैं। ਸਾਨੂੰ ਦੱਸ ਦਈਏ ਇਹ ਸੈਕਟਰ 17 ਦਾ ਥਾਣਾ ਹੈ। ਇੱਥੇ ਦਰਸ਼ਨ ਸਿੰਘ ਮੁਲਤਾਨੀ ਦੇ ਬੇਟੇ ਬਲਵੰਤ ਸਿੰਘ ਮੁਲਤਾਨੀ ਨੂੰ ਅੱਜ ਤੋਂ 29 ਸਾਲ ਪਹਿਲਾਂ ਲਿਆਂਦਾ ਗਿਆ ਸੀ, ਇੱਥੇ ਟੌਰਚਰ ਕੀਤਾ ਗਿਆ, ਜਿਸ ਤੋਂ ਬਾਅਦ ਉਹ ਲਾਪਤਾ ਹੋ ਗਿਆ। ਹਾਲਾਂਕਿ ਉਸ ਟਾਈਮ ਪੁਲਿਸ ਨੇ ਇਹ ਕਿਹਾ ਸੀ ਕਿ ਉਹ ਪੁਲਿਸ ਹਿਰਾਸਤ 'ਚੋਂ ਫਰਾਰ ਹੋ ਗਿਆ, ਉਸ ਸੰਬੰਧ 'ਚ FIR ਦਰਜ ਕੀਤੀ ਸੀ। ਪਰ ਬਾਅਦ ਵਿੱਚ ਹੁਣ ਪੰਜਾਬ ਪੁਲਿਸ ਨੇ ਮੋਹਾਲੀ ਦੇ ਇੱਕ ਥਾਣੇ ਵਿੱਚ ਸੁਮੇਰ ਸਿੰਘ ਸੈਣੀ ਔਰ ਚੰਡੀਗੜ੍ਹ ਪੁਲਿਸ ਦੇ ਤਤਕਾਲੀਨ ਕਈ ਅਧਿਕਾਰੀਆਂ ਦੇ ਖਿਲਾਫ਼ ਇੱਕ FIR ਦਰਜ ਕੀਤੀ ਹੈ, ਜਿਸ ਵਿੱਚ ਬਲਵੰਤ ਸਿੰਘ ਮੁਲਤਾਨੀ ਨੂੰ ਟੌਰਚਰ ਕਰਨ ਅਤੇ ਬਾਅਦ 'ਚੋਂ ਉਹਨੂੰ ਮਾਰਨ ਦੇ ਧਾਰਾ ਦੇ ਤਹਿਤ FIR ਦਰਜ ਕੀਤੀ ਹੈ। ਇਸ ਮਾਮਲੇ ਵਿੱਚ ਸਾਰੇ ਬੰਦੇ ਬੇਲ 'ਤੇ ਹੈਗੇ ਨੇ, ਪਰ ਚੰਡੀਗੜ੍ਹ ਪੁਲਿਸ ਦੇ ਤਿੰਨ ਅਧਿਕਾਰੀ ਜਗੀਰ ਸਿੰਘ ਜਿਹੜਾ ਕਿ ਉਸ ਸਮੇਂ ਸਬ ਇੰਸਪੈਕਟਰ ਸੀਗਾ, ਹਰਸਹਾਇ ਸ਼ਰਮਾ ਸਬ ਇੰਸਪੈਕਟਰ ਸੀਗਾ ਅਤੇ ਕੁਲਦੀਪ ਸਿੰਘ ASI ਸੀਗਾ, ਇਹ ਰਿਟਾਇਰ ਹੋ ਚੁੱਕੇ ਨੇ, ਪਰ ਇਹ ਤਤਕਾਲੀਨ ਅਧਿਕਾਰੀ ਸੀਗੇ ਜਿਨ੍ਹਾਂ ਨੇ ਹੁਣ ਮੋਹਾਲੀ ਦੀ ਅਦਾਲਤ ਵਿੱਚ ਸੁਮੇਰ ਸਿੰਘ ਸੈਣੀ ਦੇ ਖਿਲਾਫ਼ CRPC ਦੀ ਧਾਰਾ 164 ਦੇ ਤਹਿਤ ਆਪਣੇ ਬਿਆਨ ਕਲਮਬੱਧ ਕਰਵਾਏ ਨੇ ਔਰ ਉਹਨਾਂ ਨੇ ਪੁਲਿਸ ਦਾ ਅਪਰੂਵਲ ਬਣਨ ਲਈ ਆਪਣੀ ਮਨਜ਼ੂਰੀ ਦੇ ਦਿੱਤੀ ਹੈ। ਜਦੀ ਅਜਿਹਾ ਜਿਹੜੀਆਂ ਗੱਲਾਂ ਸਾਨੂੰ ਸੂਤਰਾਂ ਦੇ ਅਨੁਸਾਰ ਪਤਾ ਲੱਗੀਆਂ, ਜਦੀ ਇਸ 'ਚ ਸੱਚਾਈ ਹੈ ਤਾਂ ਸੁਮੇਰ ਸਿੰਘ ਸੈਣੀ ਦੀਆਂ ਮੁਸ਼ਕਲਾਂ ਵੱਧ ਜਾਣਗੀਆਂ। ਇਸ ਮਾਮਲੇ ਵਿੱਚ 7 ਤਰੀਕ ਨੂੰ ਅਦਾਲਤ 7 ਅਗਸਤ ਨੂੰ ਅਦਾਲਤ ਵਿੱਚ ਸੁਣਵਾਈ ਆ, ਉਸ ਦਿਨ ਇਹ ਸਾਰਾ ਕੁਝ ਕਲੀਅਰ ਹੋ ਜਾਏਗਾ ਵੀ ਕਿਹੜੇ ਕਿਹੜੇ ਅਪਰੂਵਲ ਬਣੇ ਆ, ਕਿੰਨਾ ਕਿੰਨਾ ਨੇ 164 ਦੇ ਤਹਿਤ CRPC ਦੀ ਧਾਰਾ 164 ਦੇ ਤਹਿਤ ਅਦਾਲਤ ਵਿੱਚ ਆਪਣੇ ਬਿਆਨ ਕਲਮਬੱਧ ਕਰਾਏ ਨੇ ਅਤੇ ਬਿਆਨਾਂ ਵਿੱਚ ਕੀ ਗੱਲ ਕਹੀ ਗਈ ਹੈ, ਇਹ ਲਗਭਗ ਸਾਰੀਆਂ ਗੱਲਾਂ ਉਸ ਦਿਨ ਬਾਹਰ ਆ ਜਾਣਗੀਆਂ। ਪਰ ਸੂਤਰਾਂ ਅਨੁਸਾਰ CRPC ਦੀ ਧਾਰਾ 164 ਦੇ ਬਿਆਨ ਇਹ ਤਿੰਨਾਂ ਅਧਿਕਾਰੀਆਂ ਨੇ ਦਰਜ ਕਰਾ ਦਿੱਤੇ ਨੇ ਔਰ ਤਿੰਨਾਂ ਬਿਆਨਾਂ 'ਚ ਸੁਮੇਰ ਸਿੰਘ ਸੈਣੀ ਨੂੰ ਇਸ ਮਾਮਲੇ 'ਚ ਦੋਸ਼ੀ ਠਹਿਰਾਇਆ ਗਿਆ, ਜਿਸ ਕਰਕੇ ਇਹ ਕਿਹਾ ਜਾ ਰਿਹਾ ਵੀ ਆਉਣ ਵਾਲੇ ਟਾਈਮ 'ਤੇ ਸੈਣੀ ਦੀਆਂ ਜਿਹੜੀਆਂ ਮੁਸ਼ਕਲਾਂ ਉਹ ਵੱਧ ਜਾਣਗੀਆਂ। ਮੈਂ ਦਿਨੇਸ਼ ਗੋਇਲ, ਕੈਮਰਾਮੈਨ ਪ੍ਰਵੀਨ ਪਾਂਡੇ ਦੇ ਨਾਲ ਦੈਨਿਕ ਸਵੇਰਾ TV ਲਈ ਸੈਕਟਰ 17 ਪੁਲਿਸ ਸਟੇਸ਼ਨ ਚੰਡੀਗੜ੍ਹ ਤੋਂ। ਕਿਆ ਹੈ ਪਰੇਸ਼ਾਨ, ਕਿਆ ਆਪਕੀ ਸਮੱਸਿਆ ਕਾ ਹੱਲ ਨਹੀਂ ਹੋ ਪਾ ਰਹਾ, ਤੋ ਨਿਰਾਸ਼ ਨਾ ਹੋ। 17 ਵਾਰ ਗੋਲਡ ਮੈਡਲਿਸਟ ਮੀਆਰ ਰਫੀਕ ਮੁਹੰਮਦ, ਜਿਨਕੇ ਪਾਸ ਹੈ ਆਪਕੀ ਹਰ ਸਮੱਸਿਆ ਕਾ ਹੱਲ, ਚਾਹੇ ਵੋ ਬਿਜ਼ਨਸ ਸੇ ਰਿਲੇਟਡ ਹੋ, ਯਾ ਫਿਰ ਹੋ ਕਰੀਅਰ ਸੇ ਰਿਲੇਟਡ, ਯਾ ਫਿਰ ਹੋ ਲਵ ਰਿਲੇਸ਼ਨਸ਼ਿਪ, ਆਪਕੀ ਸਮੱਸਿਆ ਕਾ ਹੱਲ ਹੋਗਾ 31 ਘੰਟੋ ਮੇ। ਫਿਰ ਦੇਰ ਕਿਸ ਬਾਤ ਕੀ, स्क्रीन्स पे दिए गए नंबर्स के ऊपर कॉल करो और अपनी समस्या का हल जल्द से जल्द पाए। ਸਿਆਸਤ, ਵਪਾਰ, ਧਰਮ ਅਤੇ ਫਿਲਮ ਜਗਤ ਦੇ ਨਾਲ ਹੁਣ ਕੈਨੇਡਾ ਅਤੇ ਅਮਰੀਕਾ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਜ਼।